ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਲਈ ਆਪ ਜੀ ਦੇ ਦਰ ਤੇ ਇਕੱਤਰ ਹੋਈਆਂ ਹਨ ਜੀ। ਸਤਿਗੁਰੂ ਜੀ ਉਹ ਇਸ ਵੇਲੇ ਪ੍ਰਭਾਤ ਫੇਰੀ ਵਿੱਚ ਚੱਲਣ ਦੀ ਆਗਿਆ ਬਖਸ਼ੋ ਜੀ। ਸਰਬੱਤ ਸੰਗਤਾਂ ਨੂੰ ਆਪ ਜੀ ਦਾ ਨਾਮ ਸਵਾਸ ਸਵਾਸ ਜਪਾਉਣਾ ਦਾ ਤਾਰ ਪਾਤਸ਼ਾਹ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਇਸੇ ਤਰ੍ਹਾਂ ਹੀ ਪ੍ਰਕਾਸ਼ ਪੁਰਬ ਚੜ੍ਹਦੀਆਂ ਕਲਾਂ ਵਿੱਚ ਮਨਾਉਣ ਲਈ ਸਰਬੱਤ ਸੰਗਤ ਨੂੰ ਪ੍ਰੇਮ ਪਿਆਰ ਉਤਸ਼ਾਹ ਬਖਸ਼ੋ ਜੀ। ਬਖਸ਼ੋ ਆ ਗਿਆ ਸਹੀ ਪਿਆਰੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ठाकुर प्रतिपालक तुम दाते तुम दाते ठाकुर प्रतिपालक तुम दाते तुम दाते ठाकुर प्रतिपालक तुम दाते ਨਿਉਟਿਆਂ ਦੀ ਓਟ ਸਰਬ ਵਿਆਪਕ ਸੱਚੇ ਪਿਤਾ ਵਾਹਿਗੁਰੂ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ। ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੀਆਂ ਹੋਈਆਂ ਸਰਬੱਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ। ਸਤਿਗੁਰੂ ਜੀ ਇਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੀ। ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਅਰੁਣ ਕੁਮਾਰ ਜੀ ਅਤੇ ਸਰਬੱਤ ਪਰਿਵਾਰ ਰਲ ਮਿਲ ਕੇ ਆਪ ਜੀ ਦੇ ਦਰ ਤੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਨ ਪਾਤਸ਼ਾਹ ਜੀ। ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਸਤਿਗੁਰੂ ਜੀਓ। ਦਰੋਂ ਘਰੋਂ ਚੜ੍ਹਦੀਆਂ ਕਲਾਂ ਦੀ ਦਾਤ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਦਰੋਂ ਘਰੋਂ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਦਾ ਤਾਰ ਪਾਤਸ਼ਾਹ ਜੀ। ਉਹ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਭ ਦੀਆਂ ਹਾਜ਼ਰੀਆਂ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਾ ਤਾਰ ਪਾਤਸ਼ਾਹ ਜੀ। ਉਹ ਆਪ ਜੀ ਦਾ ਬਾਣੀ ਦਾ ਭਾਵ ਸੇਵਕਾਂ ਦੇ ਹਿਰਦਿਆਂ ਤੇ ਸੋਹਣਾ ਪਾਤਸ਼ਾਹ ਜੀ। ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਬਖਸ਼ੋ ਦਾ ਤਾਰ ਪਾਤਸ਼ਾਹ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਆਪ ਜੀ ਦੇ ਪ੍ਰਕਾਸ਼ ਪੁਰਬ ਮਨਾ ਰਹੀਆਂ ਸਰਬੱਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ ਹਨ ਜੀ। ਇਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਦਾਤਾਰ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਕੁਲਵੰਤ ਸਿੰਘ ਅਤੇ ਸਰਬੱਤ ਪ੍ਰਵਾਨੇ ਰਲ ਮਿਲ ਕੇ ਆਪਣੇ ਗ੍ਰਹਿ ਵਿਖੇ ਪਾਵਨ ਰੱਬੀ ਬਾਣੀ ਦੇ ਕੀਰਤਨ ਕਰਵਾਏ ਹਨ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੀ ਸੇਵਾ ਕੀਤੀ ਹੈ ਦਾਤਾਰ ਪਾਤਸ਼ਾਹ ਜੀ ਉਹ ਗੁਰਬਾਣੀ ਕੀਰਤਨ ਕਰਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਅੱਗੇ ਵਾਸਤੇ ਸੁੱਧ ਤੇ ਸਪੱਸ਼ਟ ਗੁਰਬਾਣੀ ਪੜ੍ਹਨ ਸੁਣਨ ਦੀ ਕੀਰਤਨ ਕਰਨ ਦੀ ਸੇਵਾ ਕਰਨ ਦੀ ਬਲਬੁੱਧੀ ਬਖਸ਼ਣੀ ਜੀ। ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਸੇਵਕ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਕੀਰਤਨ ਕਰਵਾਏ ਸੇਵਾ ਕੀਤੀ ਜੀ ਸੋ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਦਰੋਂ ਘਰੋਂ ਚੜ੍ਹਦੀਆਂ ਕਲਾਂ ਦੀ ਬਖਸ਼ਿਸ਼ ਕਰਨੀ ਨਾਮ ਦੀ ਦਾਤ ਬਖਸ਼ਣੀ ਦਾਤਾ ਜੀ ਸਰਬੱਤ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ ਦਾਤਾਰ ਪਾਤਸ਼ਾਹ ਜੀ ਉਹ ਕੀਰਤਨ ਸਤਿਕਾਰ ਮਾਇਆ ਭੇਟ ਹੋਈ ਹੈ ਜੀ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਕੀਰਤਨ ਭੇਟਾਵਾਂ ਦਾ ਪ੍ਰਵਾਨ ਕਰਦੀਆਂ ਜੀ। ਕਦਮ ਕਦਮ ਚੱਲਿਆ ਦੇਖੇ ਲਾਉਣਾ ਪਾਤਸ਼ਾਹ ਜੀ ਆਪ ਜੀ ਦਾ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਪਾਤਸ਼ਾਹ। ਇਸੇ ਤਰ੍ਹਾਂ ਹੀ ਆਪ ਜੀ ਦੇ ਆਗਮਨ ਪੁਰਬ ਚੜ੍ਹਦੀਆਂ ਕਲਾਂ ਵਿੱਚ ਮਨਾਉਣ ਲਈ ਸਰਬੱਤ ਸੰਗਤ ਨੂੰ ਪ੍ਰੇਮ ਪਿਆਰ ਉਤਸ਼ਾਹ ਬਖਸ਼ੋ ਜੀ। ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਹਾਰੇ ਆਪਣੇ ਸਤਿਗੁਰ ਕੇ ਬਲ ਹਾਰੇ ਆਪਣੇ
نانك تنين
ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰੇ ਆਣ ਸਤਿਗੁਰੂ ਜੀ ਐਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਰਬਜੀਤ ਸਿੰਘ ਜੀ ਅਤੇ ਸਰਬੱਤ ਪਰਿਵਾਰ ਨੇ ਰਲ ਮਿਲ ਕੇ ਆਪਣੇ ਗ੍ਰਹਿ ਵਿਖੇ ਰੱਬੀ ਬਾਣੀ ਦੇ ਕੀਰਤਨ ਕਰਵਾਏ ਆਪ ਜੀ ਨੇ ਦਰ ਘਰ ਦੀ ਸੇਵਾ ਕੀਤੀ ਸਤਿਗੁਰੂ ਜੀ ਗੁਰਬਾਣੀ ਕੀਰਤਨ ਕਰਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਅੱਗੇ ਵਾਸਤੇ ਸੁੱਖ ਤੇ ਸਪਸ਼ਟ ਗੁਰਬਾਣੀ ਕੀਰਤਨ ਕਰਨ ਦੀ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਣੀ ਦਾ ਤਾਰ ਪਾਤਸ਼ਾਹ ਜੀ ਸਰਬੱਤ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਕੀਤੀਆਂ ਸੇਵਾਵਾਂ ਥਾਏ ਪੌਣੀਆਂ ਦਾ ਤਾਰ ਪਾਤਸ਼ਾਹ ਜੀ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਾਤਾ ਜੀ ਆਪ ਜੀ ਦਾ ਨਾਮ ਸਵਾਸ ਸਵਾਸ ਪਾਉਣਾ ਜੀ ਅਗਲੇ ਪੜਾਵਾਂ ਤੇ ਆਪਣੇ ਨਿੱਜ ਸਥਾਨਾਂ ਤੇ ਚੱਲਣ ਦੀ ਆਗਿਆ ਬਖਸ਼ੋ ਜੀ ਸੇ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚੇਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰਭਾਤ ਫੇਰੀ ਚੱਲ ਰਹੀ ਹੈ ਅੱਜ ਸਾਡੇ ਭਰਾ ਦੋਸਤ ਸਰਬਜੀਤ ਸਿੰਘ ਦੇ ਘਰ ਸਾਰੀ ਸਾਧ ਸੰਗਤ ਆਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕੱਲ੍ਹ ਦੀਵਾਲੀ ਵੀ ਸੀ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਆਇਆਂ ਨੂੰ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ।